ਛੱਲਾ ਮੇਰਾ ਜੀਵੇ ਹਾਈਟ ਰਹਿ ਗਈ ਇੱਧਰ ਜ਼ਿਆਦਾ ਥੋੜ੍ਹੀ ਜੀ, ਇੱਧਰ ਡਾਊਨ ਹੋ ਗਿਆ ਕੰਮ। ਜੇ 20 ਡਿਗਰੀ ਇੱਧਰ ਮਿੱਟੀ ਹੋਰ ਪੈ ਜਾਏ ਨਾ ਫਿਰ ਕੰਮ ਓਕੇ ਹੋ ਜੂਗਾ। ਹੁਣ ਦੀ ਸਮੱਸਿਆ ਨਹੀਂ ਹੈਗੀ ਇਹ, ਸੁਹਾਗਾ ਨਹੀਂ ਸਹੀ ਵੱਜਿਆ ਤੁਹਾਡੇ ਤੋਂ। ਸੁਹਾਗਾ ਸਹੀ ਵੱਜਿਆ ਹੁੰਦਾ ਨਾ ਫਿਰ ਆਹ ਪ੍ਰੋਬਲਮ ਨਹੀਂ ਆਉਣੀ ਸੀ, ਫਿਰ ਟੱਪ ਜਾਂਦਾ ਵਾਟਰ ਵੱਟ। ਸ਼ਾਬਾਸ਼ੇ ਬੱਗਿਆ ਸ਼ਾਬਾਸ਼ੇ, ਆਹ ਹੁੰਦਾ ਕੰਮ। ਉਹ ਤੈਨੂੰ ਤਾਂ ਪਿੰਟੋ ਆ ਤੇਰੀ ਪੜ੍ਹਾਈ ਲੈ ਕੇ ਬਹਿ ਜੂਗੀ, ਗੱਲਾਂ ਜੁਗਾ ਰਹਿ ਗਿਆ ਤੂੰ ਤਾਂ। ਖੇਤੀ ਤੇਰੇ ਤੋਂ ਹੋਣੀ ਨੀ ਗੀ ਤੇ ਕੱਢਦਾ ਫਿਰੀ ਫਿਰ ਸਾਰੀ ਉਮਰ ਬੱਗੇ ਦੇ ਤਰਲੇ। ਪਰ ਖੇਤੀ ਚ ਕੱਢਣ ਪਾਉਣ ਨੂੰ ਹੈ ਕੀ ਹੈ, ਮੈਂ ਤਾਂ ਨੌਕਰੀ ਕਰੂੰਗਾ, ਸਾਹਿਬ ਬਹਾਦਰ ਬਣ ਕੇ ਸ਼ਹਿਰ ਚ ਕੋਠੀ ਪਾ ਕੇ ਬੈਠੂਗਾ ਜੱਟ, ਤੇ ਆਪਦੇ ਵਾਲੀ ਜ਼ਮੀਨ ਠੇਕੇ ਦੇ ਦਊਂਗਾ ਬੱਗੇ ਨੂੰ। ਮੀਂਹ ਆਵੇ, ਹਨੇਰੀ ਆਵੇ, ਝੱਖੜ ਆਵੇ, ਫਸਲ ਖਰਾਬ ਹੋਊਗੀ ਜੀ, ਆਪਣਾ ਤਾਂ ਠੇਕਾ ਵੱਟ ਤੇ ਪਿਆ। ਜਦੋਂ ਆਏ ਸਾਰੇ ਤੋਂ ਠੇਕਾ ਨਾ ਦਿੱਤਾ ਗਿਆ, ਇਹਦੇ 2-3 ਕਿੱਲੇ ਲਵਾਇਆ ਕਰੂੰਗਾ ਆਪਦੇ ਨਾਮ, ਫਿਰ ਇਹਦੇ ਵਾਲੀ ਜ਼ਮੀਨ ਵੀ ਮੇਰੀ ਹੈ। ਫਿਰ ਵੱਡੇ ਭਰਾ ਹੋਣ ਦੇ ਨਾਤੇ ਮੈਨੂੰ ਇਹਦੇ ਤਰਸ ਤੁਰਸ ਆਊਗਾ, ਫਿਰ ਮੈਂ ਆਪਦੀ ਜ਼ਮੀਨ ਵਾਹੁਣ ਰੱਖ ਲੂੰਗਾ ਇਹਨੂੰ, ਫਿਰ ਤੂੰ ਇਹਨੂੰ ਸ਼ਾਬਾਸ਼ੀ ਦਿੰਦਾ ਰਹੀ ਤੇ ਲੈਂਦਾ ਰਹੂਗਾ। ਕਿਉਂ ਬੱਗੇ, ਨਾਲੇ ਰਾਜੇ ਮਹਾਰਾਜਿਆਂ ਦੇ ਟਾਈਮ ਦੇ ਵੱਡੇ ਪੁੱਤਰੇ ਹੁੰਦੇ ਸੀ ਉੱਤਰ ਅਧਿਕਾਰੀ ਸਾਰੇ ਸਿਸਟਮ ਦੇ। देखो ये फार्म है हमारे, जब हम छोटे होते थे ना आप जैसे, तो यहाँ पे खेलने आते थे रोज। है स्टूपिड किड्स, ना तो इनू सासरीकार कोई लेना नहीं देना नहीं, बगे अकल वाला तेल पाइना दीवियां दे विच, बेवकूफ डोंट टच देम। बच्चे आ जाओ, आओ थानू फार्म दिखाने आ जाओ। ਅਲੈਗਜ਼ੈਂਡਰ ਨੇ ਬਾਲੀ ਹੱਥ ਚੱਕੀ ਸੀ ਬਈ, ਤੇ ਅਲੈਗਜ਼ੈਂਡਰ ਦੇ ਸਿੰਘ ਥਾਪੜੇ ਸੀ ਆ ਕੇ ਪੌਰਸ ਨੇ, ਤੇ ਪੌਰਸ ਦੇ ਮੁੰਡੇ ਦਾ ਨਾਂ ਸੀ ਮਾਲਿਆ ਕੇਤੂ, ਤੇ ਉਹਦੀ ਘਰਵਾਲੀ ਦਾ ਨਾਂ ਸੀ ਕੀ ਸੀ, ਘਰਵਾਲੀ ਦਾ ਨਾਂ ਸੀ ਲਾਚੀ। ਸੋਹਣਾ ਨਾਂ ਸੀ ਬਾਪੂ। ਰੋਟੀ ਉਹ ਭਾਈ ਮੀਟ ਚ ਪੋਟਾ ਨਹੀਂ ਆਇਆ, ਉਹ ਤਾਂ ਬਾਪੂ ਜੀ ਮੈਂ ਕੱਢ ਕੇ ਰੱਖਤਾ ਸੀ ਪਾਸੇ ਤੇ, ਮੈਨੂੰ ਆਏ ਸੀ ਵੀ ਇਹਦਾ ਕੀ ਖਾਣਾ। ਉਹ ਭਾਈ ਉਹੀ ਤਾਂ ਅਸਲੀ ਚੀਜ਼ ਹੁੰਦੀ ਆ ਖਾਣ ਵਾਲੀ, ਚੰਗਾ ਹੁੰਦਾ ਸਿਹਤ ਵਾਸਤੇ, ਬੁੜੀਆਂ ਨੂੰ ਕੀ ਪਤਾ ਮੀਟ ਬਾਰੇ। ਹਾਂਜੀ ਬਾਪੂ ਜੀ। ਬਾਪੂ ਜੀ ਪੂਰੇ ਪਿੰਡ 'ਚ ਸਤਿਕਾਰ ਆਪਣੇ ਪਰਿਵਾਰ ਦਾ, ਕੋਈ ਕਮੀ ਪੇਸ਼ੀ ਨਹੀਂ। ਹਾਂ ਇੱਜ਼ਤਦਾਰ ਬੰਦਿਆਂ 'ਚ ਨਾਂ ਹੈ ਆਪਣਾ ਬਾਪੂ। ਬਸ ਇੱਕ ਤਾਏ ਕਾਲਾ ਟਿੱਕਾ ਬਾਪੂ ਆਪਣੇ ਖਾਨਦਾਨ 'ਤੇ, ਲੋਕ ਟਿੱਚਰਾਂ ਕਰਦੇ ਵੀ ਹਾਕਮ ਸੋਹਣੇ ਮੁੰਡਾ ਛੜਾ ਹੀ ਰੱਖ ਲਿਆ। ਓਏ ਮੈਂ ਤਾਂ ਬਥੇਰਾ ਰੋਇਆ ਸੀ, ਇਹ ਕਹਿੰਦਾ ਬਾਪੂ ਮੈਂ ਤਾਂ ਡਾਕਟਰ ਬਣਨਾ, ਆ ਬੈਠਾ ਡੰਗਰ ਡਾਕਟਰ ਬਣਿਆ, ਜੇ ਕਿਤੇ ਕੁੜੀ ਹੁੰਦਾ ਨਾ ਉਹਨੂੰ ਕਿਤੇ ਵਿਆਹ ਵੂ ਕੇ ਫਾਹ ਵੱਢਿਆ ਹੁੰਦਾ ਇਹਦਾ, ਹੁਣ ਤਾਂ ਡੰਗਰ ਦੇ ਕਦੇ ਉੱਥੇ ਹੱਥ ਲਾਤਾ ਕਦੇ ਉੱਥੇ ਹੱਥ ਲਾਤਾ। ਬਾਪੂ ਮੈਂ ਗੋਡ ਅਰਨ ਕਰਦਾ, ਐਡੀ ਗੱਲ ਆ ਤਾਂ ਮੈਂ ਅੱਡ ਹੋ ਜਾਣਾ ਜੇ ਤੁਹਾਡੀ ਸ਼ਾਨ 'ਚ ਇੰਨਾ ਹੀ ਫਰਕ ਪੈਂਦਾ ਤਾਂ। ਦੋ ਮਾਰੂ ਸਾਲੇ ਦੇ ਕਰਨ ਤੇ ਪੱਕੀ ਜਾਂਦਾ, ਮੈਨੂੰ ਪਤਾ ਤੂੰ ਜਿਹੜੇ ਡਾਲਰ ਕਮਾਉਣਾ, ਚੁੱਪ ਕਰਕੇ ਰੋਟੀ ਖਾ ਲਾ ਬਹਿ ਕੇ, ਨਹੀਂ ਤਾਂ ਮੈਂ ਤੇਰੀ ਥਾਲੀ ਜੀ ਚੱਕ ਲੂੰ ਇੱਥੋਂ, ਹੱਥੋਂ ਆਓ ਚੱਕ ਲੂੰ ਥਾਲੀ। ਬਾਪੂ ਬਾਈ ਦਾ ਵੀ ਤਾਏ ਵਾਲਾ ਹਾਲ ਨਾ ਹੋ ਜਾਏ, ਇੱਕ ਕਾਲਾ ਟਿੱਕਾ ਤਾਂ ਨਜ਼ਰ ਤਾਂ ਹੁੰਦਾ, ਦੋ ਕਾਲੇ ਟਿੱਕੇ ਤਾਂ ਜਲੂਸ ਲੱਗਣਗੇ, ਬਾਈ ਦਾ ਵਿਆਹ ਕਰਾ ਦਈਏ ਯਾਰ। ਅਲੈਗਜ਼ੈਂਡਰ ਦਾਰੂ ਪੀਂਦਾ ਜੀ ਸਾਡੇ ਬਾਪੂ ਜੀ ਵਾਂਗੂ ਬਹੁਤ, ਤੇ ਕਹਿੰਦੇ ਲੀਵਰ ਫੇਲ ਹੋ ਗਏ ਤਾਂ ਮਰ ਗਿਆ।
ਤੇ ਕਈ ਕਹਿੰਦੇ ਬੁਖਾਰ ਸੀ। ਜੀ ਸਾਡੇ ਸਰ ਕਹਿੰਦੇ ਸੀ ਵੀ ਆਪਣੇ ਪਿੰਡ ਦੀ ਪਹਿਲੀ ਕੁੜੀ ਆ ਜਿਹਦੀ ਬੀਏ 'ਚ ਫਸਟ ਡਿਵੀਜ਼ਨ ਆਈ ਆ। ਬਸ ਹੁਣ ਐਮਏ ਕਰਨੀ ਆ। ਸਬਜੈਕਟ ਸੋਚਦੀ ਸੀ ਕਿਹੜੇ ਲਵਾਂ, ਨਾਲ ਨਾਲ ਤਿਆਰੀ ਵੀ ਕਰ ਲੂੰਗੀ, ਕੋਈ ਨਾ ਕੋਈ ਕੰਪੀਟੀਸ਼ਨ ਤਾਂ ਕੱਢ ਹੀ ਲਊਂਗੀ। ਬੇਬੇ ਜੀ ਮੈਨੂੰ ਲੱਗਦਾ ਕੰਪੀਟੀਸ਼ਨ ਤਾਂ ਨਹੀਂ ਨਿਕਲਣੀ, ਇਹ ਹੁਣ ਆਪ ਨਿਕਲ ਜਾਣੀ ਆ। ਇੰਨੇ ਸਾਲ ਹੋ ਗਏ ਇਹਨੂੰ, ਬਸ ਘਰੋਂ ਬਾਹਰ ਨਿਕਲਣ ਦੇ ਬਹਾਨੇ ਚਾਹੀਦੇ ਆ। ਨੌਕਰੀ ਲੱਗਣ ਵਾਲੇ ਹੋਰ ਹੀ ਹੁੰਦੇ ਆ, ਪੜ੍ਹ ਕੇ ਇਹਨੂੰ ਆਹ ਪਤਾ ਹੈ ਵੀ ਚੰਦ ਗੋਲ, ਧਰਤੀ ਗੋਲ, ਸੂਰਜ ਗੋਲ, ਰੋਟੀ ਇਹ 8 ਚੁੰਡੀ ਬਣਾਉਂਦੀ ਆ। ਬਾਪੂ ਜੀ ਮੇਰੀ ਗੱਲ ਮੰਨੋ, ਇਹਨੂੰ 2 ਮਹੀਨੇ ਸਾਡੇ ਨਾਲ ਚੁੱਲ੍ਹਾ ਚੌਂਕਾ ਯੂਨੀਵਰਸਿਟੀ 'ਚ ਕੋਰਸ ਕਰਾਓ ਤੇ ਤੋਰੋ। ਨਿੱਕੋ ਭਾਵੇਂ ਤੇਰੇ ਤੋਂ ਛੋਟੀ ਹੈ ਪੁੱਤ, ਪਰ ਹੈ ਸਿਆਣੀ, ਬਹੁਤ ਪੜ੍ਹ ਲਈ, ਹੁਣ ਬਸ ਹੁਣ ਅਗਲੇ ਘਰ ਦੀ ਤਿਆਰੀ ਕਰੋ। ਬਾਪੂ ਜੀ ਮੈਂ ਯਾ ਰੋਟੀ ਲਿਆ ਕੁੜੇ। ਤੈਨੂੰ ਪਤਾ ਕਿੰਨਾ ਗਲਤ ਆ ਨਾ, ਤੇਰੇ ਦਿਮਾਗ 'ਚ ਇਹੋ ਜਿਹੀਆਂ ਗੱਲਾਂ ਆਉਂਦੀਆਂ ਕਿੱਥੋਂ ਆ? ਕਿਉਂ ਮੇਰੀ ਜ਼ਿੰਦਗੀ 'ਚ ਅੱਗ ਲਾਉਣੀ ਆ? ਜ਼ਿੰਦਗੀ 'ਚ? ਪੱਕਾ ਜ਼ਿੰਦਗੀ 'ਚ ਹੈ ਅੱਗ ਤਾਂ ਤੇਰੇ ਅੰਦਰ ਲੱਗੀ ਆ ਵੈਰ ਨੇ। ਰੋਜ਼ ਜਿਹੜੇ ਸੁਰਮ ਚ ਮਾਰ ਮਾਰ ਪੂਛਾਂ ਬਣਾ ਕੇ ਜਾਂਦੀ ਆ ਨਾ ਅੱਖਾਂ ਦੀਆਂ, ਸਭ ਦਿਸਦਾ। ਜੇ ਮੈਂ ਇਹੋ ਜਿਹੀ ਹੁੰਦੀ ਤਾਂ ਮੇਰੀ ਬੀਏ 'ਚ ਫਸਟ ਡਿਵੀਜ਼ਨ ਆਉਂਦੀ, ਤੂੰ ਪੜ੍ਹ ਲੈਂਦੀ, ਤੈਨੂੰ ਕਦੇ ਕਿਸੇ ਨੇ ਮਨਾ ਕੀਤਾ? ਆਪ ਤਾਂ ਤੇਰੇ ਤੋਂ ਚੌਥੀ ਨੀ ਪਾਸ ਹੋਈ। ਮੈਨੂੰ ਘਰੋਂ ਬਾਹਰ ਜਾਣ ਦੇ ਬਹਾਨੇ ਨੀ ਚਾਹੀਦੇ ਸੀ ਨਾ? ਨਹੀਂ ਪੜ੍ਹੇ ਫੇਰ, ਨਾਲੇ ਤੂੰ ਤੇ ਮੇਰੇ ਨਾਲ ਮੁਕਾਬਲਾ ਕਰ ਵੀ ਨਹੀਂ ਸਕਦੀ। ਤੇਰੇ ਤੋਂ ਤੇ ਟਮਾਟਰਾਂ ਦੀ ਚਟਨੀ ਨਾ ਕੁੱਟ ਹੋਵੇ, ਇੱਧਰ ਮੈਂ ਚਿਬੜਾਂ ਦੇ ਚ ਵੀ ਬੀ ਨਹੀਂ ਰਹਿਣ ਦਿੰਦੀ। ਕਰ ਤੂੰ ਮੁਕਾਬਲਾ। ਨਹੀਂ ਕਰਨਾ ਮੁਕਾਬਲਾ ਤੇ ਨਾ ਮੈਂ ਕੁੱਟਣੀਆਂ ਚਟਨੀਆਂ। ਸੱਚੇ ਪਾਤਸ਼ਾਹ ਜੇ ਮੈਂ ਸੱਚੀ ਆ ਨਾ ਤਾਂ ਇਹਦੇ ਵਰਗਿਆਂ ਨੌਕਰ ਰੱਖਾਂ ਚਟਨੀਆਂ ਕੁੱਟਣ ਲਈ। ਰੋਲਾ ਰੋਲਾ ਯਾਰ ਦੀ ਯਾਦ ਆਉਂਦੀ ਹੋਣੀ, ਨਾਲੇ ਤੇਰੇ ਪੜ੍ਹਨ ਤੋਂ ਰੋਸ ਨਹੀਂ, ਆਪ ਤਾਂ ਤੂੰ ਭੱਜ ਜਾਣਾ ਆਪਦੇ ਆਸ਼ਕ ਨਾਲ, ਮਗਰੋਂ ਸਾਡਾ ਢੰਗ ਦਾ ਰਿਸ਼ਤਾ ਨਹੀਂ ਹੋਣਾ ਗੱਲ ਨਾ। ਉਹ ਜੇ ਇਹ ਨੇ ਤੋਰ ਦੇਣਗੇ ਕਿਸੇ ਦੁਆਜੂ ਦੇ ਨਾਲ, ਨਵੀਂ ਵਿਆਹੀ ਨੂੰ ਵੀ ਜਾਂਦੇ ਜਵਾਕਾਂ ਦੀਆਂ ਨਲੀਆਂ ਪੂਜਦੀਆਂ ਪੈ ਜਾਣੀਆਂ।